ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਕੇ ਚੇਅਰਮੈਨ ਕਮ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜਿਤੇਂਦਰਪਾਲ ਸਿੰਘ ਖੁਰਮੀ, CJM ਕਮ ਸਚਿਵ ਰੁਪਿੰਦਰ ਸਿੰਘ ਔਰ ਪੰਜਾਬ ਸਰਕਾਰ ਕੇ ਨਿਰਦੇਸ਼ਾਂ ਅਨੁਸਾਰ ਵਰਲਡ ਐਂਟੀ ਚਾਈਲਡ ਲੇਬਰ ਡੇ ਕੇ ਸੰਦਰਭ ਮੇਂ ਐਂਟੀ ਚਾਈਲਡ ਲੇਬਰ ਸਪਤਾਹਿਕ ਮੁਹਿੰਮ ਸੰਪੰਨ ਹੋਈ, ਜਿਸ ਮੇਂ 3 ਲੋਗੋਂ ਕੇ ਚਲਾਨ ਕਾਟੇ ਗਏ। ਇਸ ਸੰਬੰਧੀ ਜਾਣਕਾਰੀ ਦੇਤੇ ਹੋਏ ਲੇਬਰ ਇਨਫੋਰਸਮੈਂਟ ਅਫਸਰ ਨਵਦੀਪ ਸਿੰਘ ਨੇ ਬਤਾਇਆ ਕਿ ਇਸ ਮੁਹਿੰਮ ਕੇ ਤਹਿਤ ਬਾਲ ਸ਼ਰਮ ਕੇ ਆਰੋਪ ਮੇਂ 3 ਦੁਕਾਨਦਾਰੋਂ ਕੇ ਚਲਾਨ ਕਾਟੇ ਗਏ ਹੈਂ। ਉਨ੍ਹਾਂ ਨੇ ਕਿਹਾ ਕਿ ਜੋ ਵੀ ਸੰਸਥਾਨ ਬਾਲ ਸ਼ਰਮ ਕਰਵਾਤੇ ਪਕੜੇ ਗਏ ਉਨਕੇ ਖਿਲਾਫ ਚਲਾਨ ਕਾਟੇ ਜਾਏਂਗੇ ਔਰ ਕਾਨੂੰਨੀ ਕਾਰਵਾਈ ਵੀ ਕੀ ਜਾਏਗੀ। ਵਹੀਂ ਉਨ੍ਹਾਂ ਨੇ ਦੁਕਾਨਦਾਰੋਂ ਔਰ ਸੰਸਥਾਨ ਕੋ ਵੀ ਅਪੀਲ ਕੀ ਕਿ ਬਾਲ ਸ਼ਰਮ ਨਾ ਕਰਵਾਏ, ਇਸਕੇ ਤਹਿਤ ਭਾਰੀ ਜੁਰਮਾਨਾ ਔਰ ਸਜ਼ਾ ਕਾ ਵੀ ਪ੍ਰਾਵਧਾਨ ਹੈ, ਜਿਸਕੇ ਤਹਿਤ ਲੋਗੋਂ ਕੋ ਜਾਗਰੂਕ ਕੀਆ ਗਿਆ। ਹਾਂਜੀ ਸਰ, ਜੋ ਪੰਜਾਬ ਸਰਕਾਰ ਵੱਲੋਂ ਇਹ ਵਿਸ਼ੇਸ਼ ਹਫ਼ਤਾ ਚਾਈਲਡ ਲੇਬਰ ਅਤੇ ਖਾਤਮੇ ਦੇ ਅਗੇਂਸਟ ਮਨਾਇਆ ਜਾ ਰਿਹਾ, ਉਹਦੇ ਵਿੱਚ ਜੋ ਵੱਖ ਵੱਖ ਵਿਭਾਗਾਂ ਦੀ ਜਾਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਉਹ ਸਾਡੀ ਟੀਮ ਵੱਲੋਂ ਲਗਾਤਾਰ ਇੱਕ ਹਫ਼ਤਾ ਪਠਾਨਕੋਟ ਜ਼ਿਲ੍ਹੇ ਦੇ ਵੱਖ ਵੱਖ ਕਸਬਿਆਂ, ਬਾਜ਼ਾਰਾਂ ਔਰ ਹੋਟਲ ਜਾਂ ਪਬਲਿਕ ਥਾਵਾਂ 'ਤੇ ਜਾ ਕੇ ਚਾਈਲਡ ਲੇਬਰ ਦੇ ਖਾਤਮੇ ਦੇ ਖਿਲਾਫ਼ ਜਿਹੜਾ ਆ ਵੱਡੇ ਪੱਧਰ 'ਤੇ ਮੁਹਿੰਮ ਚਲਾਈ ਸੀ ਔਰ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਪਾਸੇ ਅਵੇਅਰ ਕੀਤਾ ਕਿ ਕਿਸੇ ਵੀ ਚਾਈਲਡ ਤੋਂ ਜਿਹੜਾ ਆ ਜੁਵਨਾਈਲ ਤੋਂ ਜੋ ਬਿਲੋ ਨਾਬਾਲਗ ਹੈ ਉਹ ਤੋਂ ਲੇਬਰ ਨਾ ਕਰਵਾਈ ਜਾਵੇ, ਕਿਉਂਕਿ ਨਾਬਾਲਗ ਤੋਂ ਚਾਈਲਡ ਤੋਂ ਲੇਬਰ ਕਰਵਾਉਣਾ ਕਾਨੂੰਨੀ ਜੁਰਮ ਹੈ। ਅਤੇ ਅਸੀਂ ਵੱਡੇ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ, ਦੁਕਾਨਦਾਰਾਂ ਨੂੰ, ਇੰਡਸਟਰੀਅਲਿਸਟ ਨੂੰ, ਹੋਰ ਸ਼ਹਿਰਦਾਰਾਂ ਨੂੰ, ਸਾਰਿਆਂ ਨੂੰ, ਹੋਟਲਰ ਨੂੰ, ਸਾਰਿਆਂ ਨੂੰ ਦੱਸਿਆ ਕਿ ਬੱਚਿਆਂ ਤੋਂ ਲੇਬਰ ਕਰਵਾਉਣਾ ਜਿਹੜਾ ਕਾਨੂੰਨੀ ਜੁਰਮ ਹੈ ਅਤੇ ਇਸ ਦੇ ਖਾਤਮੇ ਲਈ ਅਸੀਂ ਸਾਰੇ ਰਲ ਮਿਲ ਕੇ ਉਪਰਾਲਾ ਕਰੀਏ। ਹਾਂ ਜੀ, ਇਸ ਦੌਰਾਨ ਸਾਨੂੰ 3 ਜਿਹੜੇ ਬੱਚੇ ਆ ਉਹ ਚਾਈਲਡ ਲੇਬਰ ਕਰਦੇ ਮੌਕੇ 'ਤੇ ਫੜੇ ਗਏ ਸੀ, ਜਿਨ੍ਹਾਂ ਦਾ ਅਸੀਂ ਬਕਾਇਦਾ ਤੌਰ 'ਤੇ ਉਹਨਾਂ ਨੂੰ ਆਪਣੀ ਕਸਟਡੀ 'ਚ ਲੈ ਕੇ ਉਹਨਾਂ ਨੂੰ ਅਵੇਅਰ ਕੀਤਾ ਔਰ ਉਹਨਾਂ ਦੇ ਜੋ ਵੀ ਲੋਕਾਂ ਨੇ ਉਹਨਾਂ ਤੋਂ ਕੰਮ ਕਰਾ ਰਹੇ ਸੀ ਉਹਨਾਂ ਤੋਂ ਉਹਨੂੰ ਵੀ ਬੁਲਾ ਕੇ ਉਹਨਾਂ ਬੱਚਿਆਂ ਦੀ ਜਿਹੜੀ ਕੌਂਸਲਿੰਗ ਕਰਾ ਕੇ ਅਸੀਂ ਉਹਨਾਂ ਨੂੰ ਜਿਹੜਾ ਅਗਾਂਹ ਤੋਂ ਭਵਿੱਖ ਵਿੱਚ ਇਹੋ ਜਿਹਾ ਕੰਮ ਨਾ ਕਰਨ ਵਾਸਤੇ ਪ੍ਰੇਰਿਤ ਕੀਤਾ, ਜੋ ਕਿ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਵੀ ਹੈ। ਸਰ, ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਅਸੀਂ ਇਹੋ ਸਾਰੇ ਸ਼ਹਿਰਦਾਰਾਂ ਨੂੰ, ਸਾਰੇ ਇੰਡਸਟਰੀਅਲਿਸਟ ਨੂੰ, ਸਾਰੇ ਹੋਟਲ ਵਾਲਿਆਂ ਨੂੰ, ਸਾਰੇ ਸਮਾਜ ਨੂੰ ਇਹੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ, ਅਸੀਂ ਬੱਚਿਆਂ ਤੋਂ ਲੇਬਰ ਨਹੀਂ ਕਰਾਉਣੀ, ਬੱਚਿਆਂ ਨੂੰ ਅਸੀਂ ਅਵੇਅਰ ਕਰਕੇ ਉਹਨਾਂ ਨੂੰ ਅਫਸਰ ਬਣਾਉਣਾ, ਪੜ੍ਹਾਉਣਾ, ਲਿਖਾਉਣਾ ਔਰ ਉਹ ਜਦ ਤੱਕ ਬਾਲਗਣੀ ਹੋ ਜਾਂਦੇ ਤਦ ਤੱਕ ਉਹਨਾਂ ਨੂੰ ਜਿਹੜਾ ਹੈ ਇਸ ਪਾਸੇ ਆਪਾਂ ਨਹੀਂ ਲਾਉਣਾ, ਕਿਉਂਕਿ ਨਾਬਾਲਗ ਤੋਂ ਲੇਬਰ ਕਰਾਉਣਾ ਜਿਹੜੀ ਉਹ ਸਮਾਜਿਕ ਬੁਰਾਈ ਹੈ। ਇਸ ਬੁਰਾਈ ਨੂੰ ਆਪਾਂ ਜੜੋਂ ਖਤਮ ਕਰਨ ਲਈ ਲਗਾਤਾਰ ਜਿਸ ਤਰ੍ਹਾਂ ਪੰਜਾਬ ਸਰਕਾਰ ਯਤਨ ਕਰ ਰਹੀ ਹੈ, ਸਾਡੀਆਂ ਮਾਣਯੋਗ ਕੋਰਟਾਂ ਯਤਨ ਕਰ ਰਹੀਆਂ ਨੇ, ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਲਗਾਤਾਰ ਲੋਕਾਂ ਨੂੰ ਅਵੇਅਰ ਕਰਕੇ ਇਹ ਕੋਹੜ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ।